हाय फ्रेंड्स, वेलकम बैक। ये इंडिया पाकिस्तान रिलेशंस, भारत पाकिस्तान के बंटवारे में बिछड़े भाई बहन जब 75 साल बाद मिले। ऐसे बिछड़ गए कि 75 साल बाद वो मिले हैं। अमेजिंग है यार, अब मौका मिला मिलने का, देखते हैं। बाप रे, इतना साल लग गए। चलो वीडियो शुरू करते हैं। वीडियो शुरू करने से पहले, अगर आप चैनल पर नए हो और आपने अभी तक सब्सक्राइब नहीं किया तो जल्दी से पहले सब्सक्राइब के बटन और बेल आइकन को क्लिक कर लो, ताकि आपको हमारे सारे न्यू वीडियोस के नोटिफिकेशन मिल जाएं जैसे हम अपलोड करें। अगर आपको वीडियो पसंद आता है प्लीज लाइक एंड शेयर। चलिए शुरू करते हैं। बाप रे, मैं तो सोच ही नहीं सकती कितना ये दो तस्वीरें भारत और पाकिस्तान के बीच हुए बंटवारे में बिछड़े भाई बहनों के दर्द को दर्शाती हैं। मिले कैसे? पटियाला पंजाब कुटली गांव। भारत पाकिस्तान के बंटवारे के चलते मोहिंदर कौर अपने भाई अब्दुल शेख अजीज से बिछड़ गई थी। अब 75 साल बाद ये दोनों भाई बहन करतारपुर साहिब में दोबारा मिले। दोनों के परिवार बीते 3 साल से एक दूसरे के संपर्क में थे, लेकिन मिलने की तारीख 19 मई 2023 को हुई। अभी मिले हैं। इन 75 सालों में सब कुछ बदल गया, नाम, चेहरे, उम्र, भाषा और यहाँ तक कि धर्म भी। तो ये भी इससे खो गया। लेकिन दोनों का प्यार और एक दूसरे से जुड़ाव कम नहीं हुआ। बड़ी खुशी महसूस हुई देख के। ਉਹਦਾ ਪਰਿਵਾਰ ਆ ਬੜਾ, ਉਸ ਸਾਰੇ ਆਏ ਸੀ ਮਿਲਣ ਵਾਸਤੇ, ਉਹ ਵੀ ਬੜੇ ਖੁਸ਼ ਹੋਏ। ਅਸੀਂ ਰਹੇ ਹਾਂ 3-4 ਘੰਟੇ ਇਕੱਠੇ ਰਹੇ ਹਾਂ ਉੱਥੇ। ਬਸ ਇਹ ਪਿਛਲੇ ਪੁੱਛਦੇ ਰਹੇ ਵੀ ਕਿਸ ਤਰ੍ਹਾਂ ਤੇਰਾ ਟਾਈਮ ਬੀਤਿਆ, ਕਿਸ ਤਰ੍ਹਾਂ ਰਹੇ ਹਾਂ, ਕਿਵੇਂ ਕਿਤੇ ਰੱਖਦੇ ਰਹਿਣ, ਇਹ ਇੱਕ ਦੂਸਰੇ ਨੂੰ ਪੁੱਛਦੇ ਰਹੇ ਹਾਂ। ਮੇਰਾ ਜਿਹੜਾ ਸਾਲਾ ਸਾਹਿਬ ਉੱਥੇ, ਉਹਦੇ ਦਰਸ਼ਨ ਹੋਏ, ਸਾਰਾ ਪਰਿਵਾਰ ਮਿਲਿਆ, ਮੈਨੂੰ ਬੜੀ ਖੁਸ਼ੀ ਹੋਈ। ਕਿਉਂਕਿ ਮੈਂ ਸੋਚਦਾ ਸਾਂ ਕਿ ਮੇਰਾ ਕੋਈ ਸਾਲ ਲਾਇਆ ਕਿ ਨਹੀਂ, ਪਰ ਗੁਰੂ ਨੇ ਬੜੀ ਬਖਸ਼ਿਸ਼ ਕੀਤੀ ਹੈ। ਸਾਰੇ ਦਰਸ਼ਨ ਹੋਏ, ਉਹਦੀਆਂ ਨੂੰਹਾਂ ਦੇ, ਉਹਦੇ ਬੱਚੇ, ਉਹਦੇ ਪੋਤਰੇ, ਉਹਦੀਆਂ ਧੀਆਂ, ਉਹਦੇ ਜਵਾਈ, ਸਾਰੇ ਸਾਨੂੰ ਮਿਲੇ, ਬੜੇ ਖੁਸ਼ ਹੋਏ। ਅਸੀਂ 5 ਭੈਣ ਭਰਾ ਸਾਂ। ਇਹ ਆ ਗਈ ਹੋਣਗੀਆਂ, ਉਹ ਬਾਹਰ ਰਹਿ ਗਏ ਹੋਣਗੇ। ਉੱਥੇ ਕੋਟਲੀ 'ਚ ਮੁਸਲਮਾਨਾਂ ਨੇ ਮਾਰ ਦਿੱਤੇ, ਅਤੇ ਮਾਂ ਵੀ ਉੱਧਰ ਹੀ ਮਾਰ ਦਿੱਤੀ। ਜਿਹੜੇ ਅਸੀਂ ਬਚ ਕੇ ਆਏ ਸਾਂ, ਉਹ ਵੀ ਵਿਛੜ ਗਏ ਇੱਕ ਦੂਜੇ ਨਾਲੋਂ। ਮੇਰੇ ਨਾਲ ਦਾਦੀ ਸੀ, ਦਾਦੀ ਮੈਨੂੰ ਲੈ ਕੇ ਯੋਲ ਕੈਂਪ ਕਾਂਗੜੇ ਉੱਥੇ ਆਈ ਨਾਲ। ਉੱਥੇ ਆਣ ਕੇ ਉਹ ਵੀ ਪੂਰੇ ਹੋ ਗਏ। ਬਸ ਮੈਂ ਫਿਰ ਇਕੱਲੀ ਰਹਿ ਗਈ, ਮੈਨੂੰ ਚਾਚਾ ਜੀ ਲੈ ਗਏ ਸਾਂ ਮੇਰੇ। BBC ਪੰਜਾਬੀ ਕੀ ਟੀਮ ਨੇ ਪੰਜਾਬ ਕੇ ਪਟਿਆਲਾ ਮੇਂ ਮੋਹਿੰਦਰ ਕੌਰ ਕੇ ਘਰ ਜਾ ਕਰ ਉਨਸੇ ਬਾਤ ਕੀ। ਵਹੀਂ BBC ਉਰਦੂ ਕੀ ਟੀਮ ਪਾਕਿਸਤਾਨ ਕੇ ਮੁਜ਼ਫਰਾਬਾਦ ਮੇਂ ਸਥਿਤ ਕੁਟਲੀ ਗਾਂਵ ਮੇਂ ਅਬਦੁਲ ਸ਼ੇਖ ਅਜ਼ੀਜ਼ ਸੇ ਮਿਲਨੇ ਗਈ। ਮੋਹਿੰਦਰ ਕੌਰ ਕੇ ਛੋਟੇ ਭਾਈ ਅਰਜਨ ਸਿੰਘ ਹੀ ਅਬ ਅਬਦੁਲ ਸ਼ੇਖ ਅਜ਼ੀਜ਼ ਹੋ ਗਏ ਹਨ। ਹਾਲਾਂਕਿ ਉਹਨੇ ਇਸ ਬਾਤ ਦਾ ਕੋਈ ਪਛਤਾਵਾ ਨਹੀਂ ਹੈ। ਗਦਰ ਤੋਂ ਪਹਿਲੇ ਅਸੀਂ ਸਿੱਖ ਵਿੱਚ ਸੀ, ਗਦਰ ਜਿੱਤੇੜੇ ਨਿਕਲ ਗਿਆ, ਮੁਸਲਮਾਨ ਬਣ ਗਿਆ, ਕਲਮਾ ਨਬੀ ਦਾ ਪੜ੍ਹ ਲਿਆ। ਬਸ ਰਾਤੀ ਬਾਦਸ਼ਾਹ ਅਸੀਂ ਸਵੇਰ ਮਸਕੀਨ ਹੋ ਗਿਆ। ਜਬ ਦੋਨੋਂ ਭਾਈ ਬਹਿਨ ਮਿਲੇ ਤੋ ਉਨ੍ਹੋਂਨੇ ਆਪਣੀ ਬਚਪਨ ਕੀ ਯਾਦੋਂ ਤਕਲੀਫੋਂ ਕੋ ਸਾਂਝਾ ਕੀਆ। ਬੜੀਆਂ ਮੁਸ਼ਕਿਲਾਂ ਆਈਆਂ ਵਿਚਾਰੇ ਨੂੰ, ਬਹੁਤ ਜ਼ਿਆਦਾ ਅਕੇਲਾ ਰਹਿ ਗਿਆ ਤਾਂ ਕੀ ਕਰੇ। ਰੁੱਲ ਖੁੱਲ ਕੇ ਹੀ ਪੱਲਿਆ ਵਿਚਾਰਾ। ਹਾਂਜੀ, ਉਹ ਬਹੁਤ ਕੰਮ ਲੈਂਦੇ ਰਹੇ ਉਹਦੇ ਕੋਲੋਂ। ਠੀਕ ਹੈ ਜੀ। ਹਾਂਜੀ, ਜਿਸ ਕਾਰਨ ਉਹਨੂੰ ਤਾਂ ਦੂਰ ਭੇਜ ਦਿੰਦੇ ਸਾਂ ਪਹਾੜਾਂ 'ਤੇ। ਆਟਾ ਆਟਾ ਪਸਾਉਣ ਵਿਚਾਰ ਦੀ ਲੱਤ ਟੁੱਟ ਗਈ, ਬਾਂਹ ਟੁੱਟ ਗਈ, ਬੜੇ ਤਸੀਹੇ ਦਿੰਦੇ ਰਹੇ ਉਹਨੂੰ। ਕੰਮ ਕਾਜ ਉਹਨਾਂ ਲੋਕਾਂ ਕਰਦਾ ਰਿਹਾ, ਪੂਰੀ ਘਰ ਦੀ ਜ਼ਿੰਮੇਦਾਰੀ ਮੇਰੇ ਤਾਂ ਪਾ ਛੁੜੀ ਹੈ। ਮਾਲ ਵੀ ਸੰਭਾਲਣਾ ਹੈ, ਕਾਹ ਵੀ ਪਾਉਣਾ ਹੈ, ਲੱਕੜਾਂ ਵੀ ਆਣੀਆਂ, ਪਾਣੀ ਆਣਾ, ਜੋ ਕੰਮ ਦੱਸਦੇ ਰਹੇ ਮੈਂ ਕਰਦਾ ਰਿਹਾ। ਆਪਣੀ ਹਾਲਤ ਜਿਹੜੇ ਦੇਖੀ, ਉਸਨੇ ਖਾਂਦਾ ਨਹੀਂ ਭੁੱਲ ਗਿਆ, ਸਭ ਭੁੱਲ ਗਿਆ, ਆਪਣੀ ਜਾਨ ਸੰਭਾਲਦੇ ਰਹੇ। ਹੋਰ ਕੀ ਮੈਂ ਬਤਾਨਾ ਕੀ ਬੋਲ ਰਹੇ ਹਾਂ, ਮੈਨੂੰ ਪੜਾ ਨਹੀਂ ਜਾ ਰਿਹਾ। ਹਾਲਤ ਨਹੀਂ ਖਰਾਬ, ਨਹੀਂ ਭੁੱਲ ਗਿਆ ਸਾਰਾ ਖਾਨਦਾਨ। ਮੈਂ ਆਪਣੇ ਆਪ ਅਸੀਂ ਸ਼ੁਰੂ ਤੋਂ ਕੋਸ਼ਿਸ਼ ਕਰਦੇ ਸੀ ਕਿ ਕਿਸ ਤਰ੍ਹਾਂ ਮਾਤਾ ਜੀ ਦੇ ਸਾਡੇ ਕਿਸੇ ਵੀ ਰਿਲੇਟਿਵ ਨੂੰ ਟਰੇਸ ਕਰਕੇ ਉਹਨਾਂ ਨਾਲ ਸੰਪਰਕ ਕੀਤਾ ਜਾਵੇ। ਮੈਨੂੰ ਇੱਕ ਜਾਣਕਾਰੀ ਮਿਲੀ ਕਿ ਇੱਕ ਗੰਗਾ ਨਗਰ ਹਰਪਾਲ ਸਿੰਘ ਸੂਦਨ ਇੱਕ NGO ਚਲਾਉਂਦੇ ਨੇ, ਜੋ ਕਿ ਇਸ ਤਰ੍ਹਾਂ ਦੇ ਗੁੰਮ ਹੋਏ ਵਿਅਕਤੀਆਂ ਨੂੰ ਜਾਂ ਪਾਕਿਸਤਾਨ ਰਹਿ ਚੁੱਕੇ ਵਿਅਕਤੀਆਂ ਬਾਰੇ ਜਾਣਕਾਰੀ ਦਿੰਦੇ ਨੇ। ਮੈਂ ਉਹਨਾਂ ਨਾਲ ਸੰਪਰਕ ਕਰਕੇ ਸਾਰੀ ਗੱਲ ਦੱਸੀ ਤਾਂ ਉਹਨਾਂ ਨੇ ਕਿਹਾ ਕਿ ਆਪਣੀ ਮਾਤਾ ਜੀ ਦੀ ਪੂਰੀ ਡਿਟੇਲ ਇੱਕ ਵੀਡੀਓ ਬਣਾ ਕੇ ਮੇਰੇ ਪਾਸ ਭੇਜੋ। ਉਹਦੇ ਵਿੱਚ ਮਾਤਾ ਜੀ ਨੇ ਆਪਣੇ ਮੰਮੀ ਪਾਪਾ ਦਾ ਨਾਂ, ਆਪਣੇ 3 ਭਰਾਵਾਂ ਦਾ ਨਾਂ, ਆਪਣੀ ਦਾਦੀ ਦਾ ਨਾਂ, ਆਪਣੇ ਪਿੰਡ ਦਾ ਨਾਂ, ਇਹ ਸਾਰੀਆਂ ਗੱਲਾਂ ਉਸ ਆਵਾਜ਼ ਵਿੱਚ
ਰੱਖੀਆਂ। ਗੰਗਾ ਨਗਰ ਤੋਂ ਹਰਪਾਲ ਸਿੰਘ ਸੂਦਨ ਨੇ ਉਹ ਆਵਾਜ਼ ਪਾਕਿਸਤਾਨ 'ਚ NGO ਚਲਾਉਂਦੇ ਨੇ ਮਿਸਟਰ ਇਮਰਾਨ ਖਾਨ ਉਹਨਾਂ ਨੂੰ ਦਿੱਤੀ। ਇਮਰਾਨ ਖਾਨ ਨੇ ਬੜੀ ਕੋਸ਼ਿਸ਼ ਕਰਕੇ ਜਿੱਥੇ ਜਿੱਥੇ ਵੀ ਜੋ ਕਨਵਰਟ ਲੋਕ ਹੋਏ ਸੀ ਉਹਨਾਂ ਨਾਲ ਜਾ ਕੇ ਜਾਬਤਾ ਰਾਬਤਾ ਕਰਕੇ ਸਾਡੇ ਮਾਮਾ ਜੀ ਨਾਲ ਸੰਪਰਕ ਕੀਤਾ। ਜਿਸ ਦਰਦ ਸੇ ਇਹ ਦੋਨੋਂ ਭਾਈ ਬਹਿਣ ਬਚਪਨ ਸੇ ਗੁਜ਼ਰੇ ਉਸੀ ਦਰਦ ਕੋ ਉਨਕੇ ਪਰਿਵਾਰੋਂ ਨੇ ਵੀ ਮਹਿਸੂਸ ਕੀਆ। ਰੋਜ਼ਾਨਾ ਦੂਜੇ ਤੀਜੇ ਦਿਨ ਇਹਨਾਂ ਦਾ ਜੋ ਭਰਾ ਜੋ ਸਾਡਾ ਮਾਮਾ ਜੀ ਲੱਗਦੇ ਨੇ ਉਹ ਹਰ ਰੋਜ਼ ਇਹਨਾਂ ਨਾਲ ਗੱਲਬਾਤ ਕਰਦੇ ਸਨ ਅਤੇ ਬੜੇ ਭਾਵੁਕ ਹੋ ਜਾਂਦੇ ਸਨ ਕਿਉਂ ਉਹ ਵੀ ਉਤਾਵਲੇ ਸਨ ਕਿ ਕਦੋਂ ਮੈਂ ਆਪਣੀ ਭੈਣ ਨੂੰ ਮਿਲਾਂ। ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਅਸੀਂ ਆਪਣੇ ਮਦਰ ਜੀ ਨੂੰ ਆਪਣੇ ਮਾਤਾ ਜੀ ਨੂੰ ਪੁੱਛਿਆ ਕਰਦੇ ਸੀ ਕਿ ਮਾਤਾ ਜੀ ਹਰ ਬੱਚੇ ਦਾ ਹਰ ਦਾ ਕਿਸੇ ਦਾ ਕੋਈ ਮਾਮਾ ਹੈ ਨਾਨਾ ਨਾਨੀ ਸਾਡੇ ਮਾਮਾ ਜੀ ਅਤੇ ਮਾਸੀਆਂ ਨਾਨੇ ਕਿੱਥੇ ਹੈ। ਤਾਂ ਇਹਨਾਂ ਨੇ ਫਿਰ ਸਾਨੂੰ ਦੱਸਿਆ ਵੀ ਜਦੋਂ ਅਸੀਂ 47 'ਚ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਅਸੀਂ ਇੱਧਰ ਆਏ ਹਾਂ ਤਾਂ ਰਸਤੇ 'ਚ ਵਿਛੜ ਗਏ ਸੀ ਅਸੀਂ ਮੈਂ ਅਤੇ ਮੇਰੀ ਇੱਕ ਭੈਣ ਅਤੇ ਇੱਕ ਮੇਰਾ ਬ੍ਰਦਰ ਉਹ ਅਸੀਂ ਅਲੱਗ ਹੋ ਗਏ। ਬਾਕੀ ਬ੍ਰਦਰ ਦੋ ਭਰਾ ਮੇਰਾ ਪਿਓ ਮੇਰੀ ਮਾਤਾ ਉਹ ਪਾਕਿਸਤਾਨ 'ਚ ਗਏ ਘਰ 'ਚ। ਕਿਤਨੀ ਜੋ ਮਿਹਨਤ ਔਰ ਜ਼ਿੰਦਗੀ ਇੰਤਹਾਈ ਮੁਸ਼ਕਿਲ ਗੁਜ਼ਰੀ ਹੈ ਇਤਨੀ ਇੰਤਹਾਈ ਮੁਸ਼ਕਿਲ ਗੁਜ਼ਰੀ ਕਿ ਬੰਦਾ ਇਨਕੀ ਸਟੋਰੀ ਸੁਣੇ ਔਰ ਮੈਂ ਕਹਤਾ ਹੂੰ ਬੰਦੇ ਕੋ ਰੋਨਾ ਆ ਜਾਏ ਕਿ ਬੰਦਾ ਇਹ ਸਟੋਰੀ ਸੁਣ ਨਹੀਂ ਸਕਦਾ ਇਨਕੀ ਕਿ ਉਹਨਾਂ ਨੇ ਜ਼ਿੰਦਗੀ ਕੈਸੇ ਗੁਜ਼ਾਰੀ ਹੈ ਔਰ ਇਤਨੀ ਸੀ ਉਮਰ ਮੇਂ ਲੈ ਕੇ ਜੋ ਇੱਕ ਬੱਚਾ 4 ਸਾਲ ਦਾ ਕਿਆ ਕਰ ਸਕਦਾ ਹੈ ਆਪਕੇ ਸਾਹਮਣੇ ਆਪ ਖੁਦ ਸੋਚੇ ਕਿਸੇ ਕਾ ਬੱਚਾ ਦੇਖ ਕੇ ਇਨਸਾਨ ਨਹੀਂ ਰਹਿ ਸਕਦਾ ਯਾਰ ਇਹ ਬੱਚਾ ਅਕੇਲਾ ਕੈਸੇ ਤੋ ਇਸਕਾ ਨਾ ਭਾਈ ਨਾ ਬਹਿਣ ਨਾ ਬਾਪ ਨਾ ਰਿਸ਼ਤੇਦਾਰ ਔਰ ਜੋ ਜ਼ਮੀਨੇ ਥੀ ਉਹ ਇਤਨੀ ਮਤਲਬ ਸ਼ਾਹੀ ਜ਼ਮੀਨੇ ਥੀ ਇਨਕੀ ਉਨਕੇ ਪਾਸ ਕੁਛ ਵੀ ਨਹੀਂ ਹੈ। मोहिंदर कौर की पोती बचपन से ही अपनी दादी से बंटवारे की कहानियां सुनती रही और जब दादी अपने भाई से मिली तो उनकी पोती को भी एक नया परिवार मिल गया। साडियां फैमिली दियां तीन जनरेशन तीन पीढ़ियां द रीयूनियन होया असी इकट्ठे होए मेरे दादा जी दादी जी अगो मेरे फादर वड़े ताया जी अगो असी सारे बच्चे ते ओना दे भी 3 जनरेशन आईयां सीगियां ਮੇਰੇ ਦਾਦਾ ਜੀ ਅੱਗੋਂ ਮੇਰੇ ਚਾਚੇ ਮੇਰੀਆਂ ਭੂਆ ਉਹਨਾਂ ਦੇ ਬੱਚੇ ਮੇਰੀਆਂ ਕਜ਼ਨਸ ਵੱਡੇ ਛੋਟੇ ਸਭ ਦਾ ਅਤੇ ਇੱਕ ਤਰੀਕੇ ਦਾ ਇੱਕ ਜਿਹੜਾ ਰੀਯੂਨੀਅਨ ਸੀਗਾ ਤਿੰਨ ਪੀੜ੍ਹੀਆਂ ਦਾ ਬੜਾ ਹੀ ਜ਼ਿਆਦਾ ਇਮੋਸ਼ਨਲ ਬੜਾ ਹੀ ਜ਼ਿਆਦਾ ਖੁਸ਼ੀ ਖੁਸ਼ਨੁਮਾ ਸੀਗਾ। ਆਪਣੀ ਬਹਿਣ ਸੇ ਮਿਲਨੇ ਕੇ ਬਾਅਦ ਅਬਦੁਲ ਅਜ਼ੀਜ਼ ਉਰਫ ਅਰਜਨ ਸਿੰਘ 4 ਜੂਨ ਕੋ ਪਾਕਿਸਤਾਨ ਕੇ ਮੁਜ਼ਫਰਾਬਾਦ ਸਥਿਤ ਕੁਟਲੀ ਮੇਂ ਆਪਣੇ ਗਾਉਂ ਵੀ ਗਏ। ਪਾਕਿਸਤਾਨ ਮੇਂ ਰਹਿਣੇ ਕੇ ਬਾਵਜੂਦ ਵੋ 75 ਸਾਲੋਂ ਸੇ ਕਭੀ ਆਪਣੇ ਗਾਉਂ ਨਹੀਂ ਗਏ ਥੇ। ਜ਼ਮੀਨ ਜਾਇਦਾਦ ਥੀ ਇਤਨੀ। ਅਬਦੁਲ ਕੋ ਆਪਣੇ ਗਾਉਂ ਮੇਂ ਕੁਛ ਸੜਕੇ ਯਾਦ ਆਈ। ਉਸਨੇ ਬਿਲਕੁਲ ਸਾਫ ਹਾਸਾ ਉਹਨੇ ਮਿੱਟੀ ਨੂੰ ਰੋੜ ਭਰ ਗਿਆ ਲੇਕਿਨ ਉਹਨੇ ਆਪਣਾ ਪੁਸ਼ਤੈਨੀ ਮਕਾਨ ਨਹੀਂ ਮਿਲ ਸਕਾ। ਉਹ ਜਿੱਥੇ ਪਾਣੀ ਮਾਲ ਪੀਂਦਿਆ ਸੀ ਨਾ ਉਹ ਜਗ੍ਹਾ ਥਾ ਗਈ ਹੈ। ਆਪਣੇ ਮਕਾਨ ਦੀ ਮਾਲੂਮਾਤ ਨਹੀਂ ਹੋਈ ਨਾ ਇੱਥੇ ਫਿਰ ਅੱਜ ਕੱਲ੍ਹ ਬਹੁਤ ਬੂਟੇ ਬੂਟੇ ਹੋਏ ਜਾਂਦੇ ਸਭ ਕੋਈ। ਇਸ ਬਾਤ ਸੇ ਉਹ ਥੋੜ੍ਹਾ ਦੁਖੀ ਹੋਏ ਲੇਕਿਨ ਬਹਿਣ ਸੇ ਮਿਲਨੇ ਕਾ ਸੰਤੋਸ਼ ਦੁਖੀ ਤੋ ਸਭੀ ਹੋਣਗੇ। ਜ਼ਮੀਨ ਇੱਥੇ ਹੀ ਨਹੀਂ ਸੀ ਕੁਟਲੀ ਵਿੱਚ ਮੈਂ ਉਸ ਵਿੱਚ ਛੋਟਾ ਜਿਹਾ ਮੋਹ ਇਤਨੀ ਯਾਦਾਸ਼ ਨਹੀਂ ਨਾ ਜਿਹੜਾ ਕੋਈ ਮੈਂ ਤੁਹਾਨੂੰ ਦੱਸਿਆ ਉਹ ਜਗ੍ਹਾ ਸਾਹਮਣੇ ਆਵਾ ਫਿਰ ਯਾਦ ਆ ਗਿਆ ਕਿ ਕੋਈ ਥੋੜ੍ਹੀ ਬਹੁਤ ਨਿਸ਼ਾਨੀ ਮੋਹ ਯਾਦ ਆ ਜਿਹੜਾ ਉਹ ਜਗ੍ਹਾ ਹੀ ਨਹੀਂ ਆਉਣਾ ਚਾਹੀਦਾ। ਹੋਰ ਹੀ ਰੋਡ ਤੇ ਪਤਾ ਨਹੀਂ ਕੋਈ ਨਹੀਂ और दोनों देशों की सरकारों से अपील करते हैं कि नियमों में ढील दी जाए। नियम भारत ते पाकिस्तान दे बहुत धन्नवादी हां जिन्हां दे इन्ना परोपकार करके रस्ता खोल के साडे ਮਾਤਾ ਜੀ ਨੂੰ ਅਤੇ ਇਹਨਾਂ ਦੇ ਸਾਡੇ ਮਾਮਾ ਜੀ ਭਰਾ ਨੂੰ ਆਪਸ 'ਚ ਮਿਲਾਇਆ ਹੈ। ਹਕੂਮਤ ਦੀ ਤਰਫ ਸੇ ਕੋਈ ਸਾਨੀ ਹੋ ਤੋ ਹਮ ਇਨਕੋ ਆਪਸ ਮੇਂ ਫਿਰ ਭੇਜ ਸਕੇ ਮਿਲ ਸਕੇ ਕੋਈ ਵਕਤ ਆਪਣਾ ਗੁਜ਼ਾਰ ਸਕੇ ਇਨਕੇ ਸਾਥ ਜੋ ਇਤਨਾ ਵਕਤ ਬੀਤ ਗਿਆ ਵੋ ਤੋ ਹਮ ਨਹੀਂ ਮਿਟਾ ਸਕਤੇ ਇਨਕੋ ਲੇਕਿਨ ਜੋ ਵਕਤ ਇਨਕੋ ਮਿਲ ਰਿਹਾ ਥੋੜ੍ਹਾ ਸਾ ਵੋ ਹਮ ਇਨਕੋ ਸਾਥ ਮਿਲਵਾ ਦੇ ਇੱਕ ਦਫਾ ਜਾ ਕੇ। ਮੋਹਿੰਦਰ ਕੌਰ ਔਰ ਅਬਦੁਲ ਅਜ਼ੀਜ਼ ਕਰਤਾਰਪੁਰ ਸਾਹਿਬ ਕੋਰੀਡੋਰ ਕੀ ਮਦਦ ਸੇ ਦੁਬਾਰਾ ਮਿਲ ਸਕੇ। ਸਿੱਖ ਧਰਮ ਮੇਂ ਇਸ ਗੁਰਦੁਆਰੇ ਕੀ ਬੜੀ ਅਹਿਮੀਅਤ ਹੈ। साल 2019 से यह बिछड़े हुए परिवारों को दोबारा मिलने में अहम भूमिका निभा रहा है। ये कहानी है लोगों की। माय गॉड।
बाप रे, गुस्सा आता है, रोना आ रहा है सोच के कितने सालों तक भाई बहन जुदा रहे और वहाँ वो छोटा सा 4 साल का बच्चा अकेला रह गया, पता नहीं क्या क्या मुसीबतें आई हैं जिसकी वजह से उसका धर्म भी परिवर्तन कर दिया, और कह रहे हैं कि उसको ऐसे ऐसे काम करवाए कि उसकी टांग भी टूट गई, बाजू भी टूट गई, ऐसे ऐसे पता नहीं क्या काम उससे करवा है, और कहाँ अमीर थे इतने और कहाँ, और कह रहे हैं कि पेरेंट्स जो थे और कई भाई बहन उनको तो वहीं पे पाकिस्तान में ही जो है उनको कर दिया, और ये जो आ रहे थे बीच में बिछड़ गए, तो लगता है भाई जो था वो इंडिया तक पहुँच नहीं पाया, मेरे ख्याल से दादी थी जो इनको तो ले आई, मैं कह रही हूँ, पर फिर भी खुश नसीब है कि अपनी एज में इस टाइम उनको एटलीस्ट मिल तो गए, क्योंकि अब इसके बाद नेक्स्ट जनरेशन को तो कुछ पता ही नहीं चलेगा। 4 साल के बच्चे ने वो किया जो उसे करना था टू सर्वाइव, बिल्कुल वो किया, क्या करे वो? अब आप उनको देख रहे हैं 75 इयर्स ओल्ड हैं, कोई फर्क नहीं नजर आ रहा आपको इन द सेंस कि कोई कह सकता है कि वो सिख हैं, राइट? ह्यूमन बींग अंदर से एक ही होता है, सिर्फ ये है कि रिलीजन चेंज होने से इतना बाहर से इतना डिफरेंस पड़ जाता है देखने में, बिल्कुल, बट इनसाइड सेम पर्सन वो तो है। तो एक ही सबसे बड़ी गलती की थी ब्रिटिशर्स ने इंडिया को डिवाइड करके, बहुत बड़ी गलती की, कितने और उसका बदला उनको चुकाना पड़ेगा जिस तरीके से उन्होंने इंडिया के टुकड़े किए थे, कितने लोगों की रॉन्ग डिसीजन, किसी को भी एग्री नहीं करना चाहिए था, बोलना चाहिए था नॉट गोना एग्री, जैसे कह रहे हैं कि मिस्टर बोस अगर हेड होते तो ये कभी इसकी नौबत नहीं आती, बहुत तो पॉलिटिक्स ने बहुत लॉस किया, बहुत लॉस, कितने लोग बिछड़ गए, किन किन के मतलब वो है ना दुख हो तकलीफें, और जो उनकी बहन थी मेरी ग्रैंड मदर वैसी ही नजर आती थी, हाँ मेरी भी दादी, मेरी ग्रैंड मदर बिल्कुल वैसी लगती थी, वाइट चुन्नी पहनती थी, ग्लासेस लगाती थी, मेरी भी दादी गोरी थी बिल्कुल एग्जैक्टली वैसी, और वो भी बताती थी कि इतनी जमीनें थी, ये थे चांदी के जबरदस्त बर्तन होते थे, सोने के देख के लगा था कि क्या सब, मेरी ग्रैंड मदर नहीं है मगर देखने में वो बिल्कुल ऐसी लगती थी, मेरी भी दादी ऐसी थी, सिर पे चुन्नी पहन, सारी लेडीज उस समय की मेरे ख्याल से वही उनका गेटअप था, अमेजिंग, और वो भी बताती थी पर वो ज्यादा नहीं बताती थी, कुछ पूछो तब बताती थी, उसके बाद बोलती है वो हो गया, वो बताना नहीं चाहती थी, वो उस बातों को याद नहीं करना चाहती, मतलब उनको अंदर से इतना दुख होता होगा कि वो कई बारी बात करो ना तो फिर वो गुस्से भी कई बारी हो जाती थी, तो मैं चुप हो जाती थी, कि उनको होता था कि भैया दुख होता है ना कि इतना कहाँ थे और कहाँ अब हम आके कुछ भी कहाँ इतने बड़े होके कुछ नहीं रह गए थे, तो वो बहुत उनको था वो, पर कुछ चांदी के ग्लासेस खास एक या दो लाई हुई थी, फिर मेरे ख्याल से एक शायद मुझे दिया था कि नहीं मुझे याद नहीं है शादी पे, पर देख लो स्टोरी सुनकर जो है ना बहुत दिल दुखता है, बहुत दिल दुखता है। तो चलो आप भी शेयर करना अपने थॉट्स, चलते हैं मिलेंगे नेक्स्ट वीडियो में बहुत ही जल्द, टिल देन टेक केयर एंड बाय बाय। तो अगर आप मेरे इस चैनल पे नए हो तो जल्दी से सब्सक्राइब के बटन को हिट करो और बेल आइकन को क्लिक करो ताकि आपको मेरा जब नया वीडियो मैं लगाऊं आपको उसके बारे में जल्दी से पता चल जाए।